ਅੱਜ ਜਿਸ ਤਰ੍ਹਾਂ ਭਾਅ ਤੁਹਾਡੇ ਨਾਲ ਸੀਗੇ ਆ, ਦੋ ਤਿੰਨ ਗਲੀਆਂ ਅਸੀਂ ਵਿਜ਼ਿਟ ਕੀਤੀਆਂ ਨੇ, ਗਲੀਆਂ 'ਚ ਇਤਨਾ ਗੰਦ ਹੈ, ਇਸ ਤੋਂ ਇਲਾਵਾ ਨਾਲੀਆਂ ਦੀ ਸੁਰਤ ਹਾਲ ਬੜੀ ਖਰਾਬ ਹੈ। ਅਸਲ ਇੱਥੇ ਇੱਕ ਦੇ ਨਾਂ 'ਤੇ ਕੰਟੋਨਮੈਂਟ ਦਾ ਕੋਈ ਹੋਲਡ ਹੈ, ਠੀਕ ਹੈ, ਨਾ ਕੋਈ ਲੋਕਲ ਇੰਤਜ਼ਾਮੀਆ, ਨਾ ਕੋਈ ਐਸੀ ਤਨਜ਼ੀਮ ਹੈ ਜਿਹਦੇ ਕੋਈ ਜ਼ਿੰਮੇਵਾਰੀ ਹੋਵੇ ਕਿ ਅਸੀਂ ਸਫਾਈ ਕਰਨੀ ਹੈ। ਔਰ ਅਗਰ ਕੋਈ ਜ਼ਿੰਮੇਵਾਰੀ ਲਏ ਤਾਂ ਉਸਨੂੰ ਕਰਨ ਨਹੀਂ ਦਿੱਤਾ ਜਾਂਦਾ। ਬਸ ਧੰਦੇ ਵਾਲੀ ਮਸਜਿਦ ਕੋਲ ਇੱਕ ਕਮੇਟੀ ਬਣੀ ਜਿਨ੍ਹਾਂ ਨੇ ਕੰਮ ਥੋੜ੍ਹਾ ਸ਼ੁਰੂ ਕੀਤਾ, ਬਾਅਦ 'ਚੋਂ ਮਸਲੇ ਮਿਸਾਇਲ ਬਣ ਗਏ ਸਿਆਸੀ ਹਵਾਲੇ ਨਾਲ। ਦੇਖੋ ਜੀ, ਇਹ ਪਾਰਟੀ ਹੈ, PTI ਐਲ ਮੁੰਡੇ ਨੇ, ਨੂੰ ਲਿਖਾ ਲੈਣੇ, ਲਿਹਾਜ਼ਾ ਅਸੀਂ ਨਾ ਨਹੀਂ ਕਰਨ ਦੇਣਾ। ਬਾਇਸ ਨਾ ਹੋਣ, ਆਪਣੇ ਆਪਣੇ ਇਲਾਕੇ 'ਚ ਕੰਮ ਕਰਨ, ਔਰ ਇਸ ਲਈ ਸਾਡਾ ਵੀ ਫਾਇਦਾ, ਔਰ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹਨਾਂ 'ਤੇ ਵੀ ਇੱਕ ਅੱਛਾ ਇਮੇਜ ਆਉਂਦਾ ਹੈ। ਸਾਡੇ ਤਾਂ ਸੁਰਤ ਹਾਲ ਇਹ ਹੈ ਕਿ ਗੰਦ ਦੀ ਇਤਨੀ ਕੁ ਸੁਰਤ ਹਾਲ ਖਰਾਬ ਹੈ, ਅਤੇ ਤਿੰਨਾਂ ਚਵਾਂ ਗਲੀਆਂ 'ਚ ਇਤਨੇ ਇਤਨੇ ਵੱਡੇ ਢੇਰ ਲੱਗੇ ਨੇ ਗੰਦ ਦੇ, ਔਰ ਉਹਨਾਂ ਨੂੰ ਕੋਈ ਸਾਫ਼ ਕਰਨ ਵਾਲਾ ਨਹੀਂ। 500-500 ਰੁਪਇਆ ਲੱਗਦਾ, ਕੰਟੋਨਮੈਂਟ ਦੀਆਂ ਗੱਡੀਆਂ ਆ ਕੇ ਚੁੱਕ ਕੇ ਲੈ ਜਾਂਦੀਆਂ ਨੇ, ਲੇਕਿਨ ਨਾ ਤਾਂ ਕੋਈ ਹਿੰਮਤ ਕਰਦਾ ਇਸ ਕੰਮ ਨੂੰ ਕਰਨ ਦੀ। ਇਸ ਤੋਂ ਇਲਾਵਾ ਹੋਰ ਛੋਟੇ ਛੋਟੇ ਮਿਸਾਇਲ, ਨਾਲੀਆਂ ਸਾਰੇ ਪਾਣੀ ਬਾਹਰ ਆ ਜਾਂਦਾ, ਜਦੋਂ ਗਲੀਆਂ ਬਣਾਉਂਦੇ ਨੇ ਇਹ ਫਿਰ ਪੱਟ ਕੇ ਦੁਬਾਰਾ ਉਸੇ ਸਿਰੇ ਨਵੇਂ ਸਿਰੇ ਤੋਂ ਨਹੀਂ ਬਣਾਉਂਦੇ, ਇਹ ਉਸੇ ਤੋਂ ਉੱਪਰ ਮਾਲ ਪਾ ਕੇ ਚਲੋ ਟੁੱਟ ਜਾਂਦੇ ਨੇ। ਔਰ ਨਾਲੀਆਂ ਜਿਹੜੀਆਂ ਡੂੰਘੀਆਂ ਕਰਨ ਦੇ ਬਜਾਏ ਪਾਣੀ ਸਾਰਾ ਬਾਹਰ ਆਉਂਦਾ, ਔਰ ਨਾਲੇ ਬਣ ਜਾਂਦੇ ਨੇ, ਬਾਅਦ 'ਚੋਂ ਗਲੀਆਂ ਵੀ ਟੁੱਟ ਜਾਂਦੀਆਂ ਹਨ, ਤਾਂ ਗੰਦ ਵੀ ਸਾਰਾ ਜਿਹੜਾ ਰੋਡਾਂ 'ਤੇ ਆ ਜਾਂਦਾ। ਚੱਲਣ ਵਾਲੇ ਮੁਸਾਫਰ, ਮਸਜਿਦ ਜਾਣ ਵਾਲੇ ਜਿਹੜੇ ਬੰਦੇ ਨੇ, ਨਮਾਜ਼ੀ ਨੇ, ਜਨਾਜ਼ਾ ਗਾਹ 'ਚ ਉਹਨਾਂ ਨੂੰ ਕਸ਼ਤੀਆਂ ਲੈ ਕੇ ਜਾਣਾ ਪੈਂਦਾ, ਬਾਅਦ ਗਾਹ 'ਤੇ ਸਾਫ਼ ਹੋ ਜਾਂਦਾ ਕਿ ਉੱਥੇ ਇਤਨੇ ਵੱਡੇ ਵੱਡੇ ਨਾਲੇ ਬਣ ਜਾਂਦੇ ਨੇ ਕਿ ਉਹ ਬਾਰਿਸ਼ ਦਾ ਜ਼ਰਾ ਸਾਰੀ ਬਾਰਿਸ਼ ਹੋਵੇ ਉਸ ਰੋਡ 'ਤੇ, ਖਾਸ ਤੌਰ 'ਤੇ ਜਿਹੜੀ ਈਦਗਾਹ ਜਾਂਦੀ ਹੈ ਰੋਡ ਕਬਰਸਤਾਨ ਵਾਲੀ, ਉਹ ਰੋਡ ਸਾਰੀ ਖਰਾਬ ਨਹੀਂ ਹੋਈ ਹੈ ਕਿ ਉੱਥੇ ਪਾਣੀ ਖਲੋ ਜਾਂਦਾ, ਨਾ ਤਾਂ ਇਸ ਪਾਸੇ ਕੋਈ ਜਿਹੜਾ ਸਿਆਸੀ ਉਹ ਸੋਚਦਾ, ਨਾ ਹੀ ਕੋਈ ਇਖਲਾਕੀ ਤੌਰ 'ਤੇ ਮਹੱਲੇ 'ਤੇ ਆਪਣੇ ਬੰਦੇ ਜਾਂ ਸਹੇਲੇ ਦੇ ਬੰਦੇ ਰਲ ਕੇ ਸਾਰਿਆਂ ਦੀ ਡਿਊਟੀ ਹੈ, ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਸਾਰੇ ਸ਼ੁਰੂ ਕਰਨ। ਅਤੇ ਮੇਰੀ ਗੁਜ਼ਾਰਿਸ਼ ਹੈ ਇੰਤਜ਼ਾਮੀਆ ਤੋਂ ਵੀ ਕਿ ਇਸ ਜਿਹੜਾ ਢੇਰਾਂ ਦੇ, ਖਾਸ ਤੌਰ 'ਤੇ ਜਿਹੜੇ ਕੂੜੇ ਦੇ, ਕ੍ਰਿਕਟ ਦੇ ਢੇਰ ਨੇ, ਇਹਨਾਂ ਦੀ ਸਫਾਈ ਕੀਤੀ ਜਾਏ। ਇਸ ਤਰ੍ਹਾਂ ਮੁਖਤਲਿਫ ਬਿਮਾਰੀਆਂ ਫੈਲਦੀਆਂ ਨੇ, ਸਫਾਈ ਰੱਖਾਂਗੇ ਤਾਂ ਇਨਸ਼ਾਅੱਲਾ ਬਿਮਾਰੀਆਂ ਵੀ ਨਹੀਂ ਫੈਲਣਗੀਆਂ। ਬਹੁਤ ਬਹੁਤ ਸ਼ੁਕਰੀਆ।